सिर्फ सीटी बजाओ, ताली पीटो, चीख कर किसी को बुलाओ और मुझे मेरी सजा के हवाले कर दो। अस्सलाम वालेकुम, हंसते रहो वसते रहो, मैं तारक सानी ते तुसी वेख रहे हो मेरा यूट्यूब चैनल रैबर एंटरटेनमेंट प्लस। बड़ी ज़बरदस्त फिल्म लैके तुहाडी खिदमत विच हाज़र हो रहे हैं। उस फिल्म का नाँ है दो डाकू। 5 सितंबर 1978 बरोज़ मंगल ईद उल फितर के मौके पर रिलीज़ होने वाली एक रंगीन फिल्म दो डाकू। इस फिल्म का जो टाइटल रोल है अदाकार सुल्तान राही और अदाकार मोहम्मद अली ने अदा किया है। सुल्तान राही ने फिल्म के अंदर सुल्ताना डाकू का किरदार अदा किया और मोहम्मद अली ने दारा डाकू का किरदार अदा किया। दारा डाकू जिहड़ा होंदा है उसकी बीवी होंदी है दीबा, जिदा नाम रहीला होंदा है। औरत बेजुबान होती है, शायद इस यकीन ने तुम्हें एक। और दारा डाकू न सिर्फ एक डाकू होंदा है बल्कि एक मुजाहिद भी होंदा है। वो आजादी की जंग लड़ रहा होंदा है लेकिन ब्रिटिश जिहड़ी गौरमेंट होंदी है उसनू डाकू समझदी है जबकि वह मुजाहिद होंदा है। सुल्ताना डाकू जिहड़ा होंदा है उसका किरदार सुल्तान राही ने अदा किया है। मैं उन लोगों का खून पीता हूं। सुल्तान डाकू की एक बीवी साइका कह रही हूं मुस्ताज जो जिसका नाम हमीदा होता है और एक छोटा बच्चा होता है जिड़ी उन्हें उसकी कुल कायनात होती है। और वो रात दिन देर च अपने बीवी बच्चे नू मिलन आता है। बीवी उससे गुस्से होती है और उन्हें समझाती है और कहती है कि तू अपने बच्चे नू की मुस्तकबिल देगा। हर बीवी के कहने ते वो अपने आप नू पुलिस के हवाले कर देता है। उसके घर गूंगा होता है जिसका करैक्टर अदाकार कमाल ईरानी ने अदा किया है। वो गूंगा उसके नाल रहिंदा है और वह जदों जेल चला जाता है गूंगे की नीयत खराब हो जाती है और उसकी बीवी अमीदा की इज्जत लुटदा है और जिहड़ा बच्चा उसके मौके पर गवाह होता है फरार हो जाता है क्योंकि गूंगा उन्हें कतल करना चाहता है। दुश्मन की तरह तो रहो दारा, दोस्त बनकर नजदीक मत आ, शायद दुश्मन की कैद से। तो जदों दारे डाकू नूं पता चलता है कि सुल्तान डाकू ने अपने आप नूं पुलिस दे हवाले कर दिता है तो उसका एक साथी होता है बदर जिसका किरदार अदाकार बदर मनीर ने अदा किया है। हिफाजत के लिए हमें बारूद भी चाहिए। ਉਹਨੂੰ ਦੱਸਦਾ ਕਿ ਜਿਹੜਾ ਸੁਲਤਾਨ ਡਾਕੂ ਉਹਦੇ ਕੋਲ ਬਹੁਤ ਦੌਲਤ ਹੈ ਔਰ ਸਾਨੂੰ ਇਹ ਦੌਲਤ ਲੁੱਟਣੀ ਚਾਹੀਦੀ ਹੈ। ਖੈਰ ਜਿਹੜਾ ਦਾਰਾ ਡਾਕੂ ਹੁੰਦਾ ਹੈ ਸਾਥੀਆਂ ਦੇ ਨਾਲ ਜਾਂਦਾ ਹੈ ਔਰ ਜਾ ਕੇ ਉਹਦੇ ਘਰ ਜਦੋਂ ਦਾਖਲ ਹੁੰਦਾ ਹੈ ਅਤੇ ਉਹਦੀ ਬੀਵੀ ਦੀ ਲਾਸ਼ ਦੇਖਦਾ ਹੈ ਔਰ ਦਾਰਾ ਡਾਕੂ ਜਿਹੜਾ ਹੁੰਦਾ ਹੈ ਉਹ ਉਹਦੇ ਘਰ ਦਾਖਲ ਹੁੰਦਾ ਹੈ ਉਹਦੀ ਬੀਵੀ ਦੀ ਲਾਸ਼ ਵੇਖ ਕੇ ਹੈਰਾਨ ਰਹਿ ਜਾਂਦਾ ਹੈ ਔਰ ਆਪਣੇ ਸਾਥੀ ਨੂੰ ਕਹਿੰਦਾ ਕਿ ਇਹਨੂੰ ਦਫਨਾ ਦੇ ਔਰ ਭੈਣ ਬੁਲਾ ਕੇ ਉਹਨੂੰ ਦਫਨਾ ਦਿੰਦਾ। ਗੂੰਗਾ ਜੇਲ ਜਾਂਦਾ ਔਰ ਜੇਲ ਜਾ ਕੇ ਉਹ ਸੁਲਤਾਨ ਨੂੰ ਦੱਸਦਾ ਕਿ ਜਿਹੜਾ ਦਾਰਾ ਡਾਕੂ ਹੈ ਉਸਨੇ ਉਹਦੀ ਬੀਵੀ ਦੀ ਇੱਜ਼ਤ ਲੁੱਟੀ ਹੈ ਔਰ ਉਹਦੇ ਬੱਚੇ ਨੂੰ ਕਤਲ ਕਰ ਦਿੱਤਾ ਹੈ। ਇਹ ਸੁਣ ਕੇ ਜਿਹੜਾ ਦਾਰਾ ਹੁੰਦਾ ਉਹ ਜੇਲ੍ਹ ਤੋਂ ਫਰਾਰ ਹੋ ਜਾਂਦਾ ਔਰ ਪੁਲਿਸ ਮੁਕਾਬਲੇ ਜ਼ਖਮੀ ਹੋ ਕੇ ਦਾਰਾ ਦੇ ਘਰ ਪਨਾਹ ਲੈਂਦਾ। ਉਸਦੀ ਬੀਵੀ ਜਿਹੜੀ ਹੁੰਦੀ ਉਹਦੀ ਮਦਦ ਕਰਦੀ ਹੈ। ਉਹਨੂੰ ਪੁੱਛਦਾ ਕੌਣ ਹੈ ਲੇਕਿਨ ਉਹ ਆਪਣਾ ਤਾਰਫ ਨਹੀਂ ਕਰਾਉਂਦੀ। ਉਹ ਕਹਿੰਦੀ ਹੈ ਤੂੰ ਮੈਨੂੰ ਆਪਣੀ ਧੀ ਸਮਝ ਲੈ, ਆਪਣੀ ਬੇਟੀ ਸਮਝ ਲੈ, ਤੂੰ ਜ਼ਖਮੀ ਸੀ ਇਸ ਵਾਸਤੇ ਮੈਂ ਤੇਰੀ ਮਦਦ ਕੀਤੀ ਹੈ। ਖੈਰ ਉਹ ਜਾਂਦਾ ਔਰ ਰਸਤੇ ਜਿਹੜਾ ਨਾ ਉਹਦੀ ਮੁਲਾਕਾਤ ਦਾਰੇ ਨਾਲ ਹੋ ਜਾਂਦੀ ਹੈ, ਉਹਨੂੰ ਲੈ ਜਾਂਦਾ। ਸੁਲਤਾਨ ਜਿਹੜਾ ਹੁੰਦਾ ਉਹ ਜ਼ਖਮੀ ਹੁੰਦਾ। ਖੈਰ ਦਾਲਾ ਉਹਨੂੰ ਆਪਣੀ ਹਕੀਕਤ ਨਹੀਂ ਦੱਸਦਾ ਕਿ ਉਹ ਦਾਰਾ ਡਾਕੂ ਹੈ। ਸੁਲਤਾਨ ਦੱਸਦਾ ਕਿ ਉਹ ਦਾਰੇ ਡਾਕੂ ਦੀ ਤਲਾਸ਼ 'ਚ
ਕਿਉਂਕਿ ਉਹਨੇ ਉਸ ਦੀ ਬੀਵੀ ਦੀ ਇੱਜ਼ਤ ਲੁੱਟੀ ਹੋਈ ਹੈ। ਸੰਗੀਤਾ ਨੇ ਇਸ ਫਿਲਮ ਦੇ ਅੰਦਰ ਗੁਲਨਾਰ ਬਾਈ ਦਾ ਕਰੈਕਟਰ ਅਦਾ ਕੀਤਾ ਹੈ। ਔਰਤ ਕੀ ਆਂਖ ਵਹਾਂ ਤੱਕ ਆਸਾਨੀ ਸੇ ਪਹੁੰਚ ਸਕਤੀ, ਜਿਹਨੂੰ ਬਦਰ ਮਿਲੀ ਚੁੱਕ ਕੇ ਲਿਆਂਦਾ ਹੈ, ਲੇਕਿਨ ਉਹ ਜਦੋਂ ਚੁੱਕ ਕੇ ਲਿਆਂਦਾ ਹੈ ਉਹ ਉਹਨਾਂ ਕੋਲ ਰਹਿਣ ਦਾ ਫੈਸਲਾ ਕਰਦੀ ਹੈ ਔਰ ਭੇਸ ਬਦਲ ਕੇ ਉਹਨਾਂ ਕੋਲ ਰਹਿਣਾ ਸ਼ੁਰੂ ਕਰ ਦਿੰਦੀ ਹੈ। ਮੈਂ ਉਹ ਲੋਕੋ ਕਾ ਖੂਨ ਪੀ ਜਾਊਂਗਾ ਜੋ ਮੇਰੀ ਬੀਵੀ ਔਰ ਬੱਚੇ ਸੇ ਨਫ਼ਰਤ ਕਰਤੇ ਹੈ, ਉਨਕੋ ਚੁਣ ਚੁਣ ਕੇ ਕਤਲ। ਔਰ ਆਸਫ ਖਾਨ ਨੇ ਇਸ ਫਿਲਮ ਦੇ ਅੰਦਰ ਮੇਜਰ ਦਾ ਕਿਰਦਾਰ ਅਦਾ ਕੀਤਾ ਹੈ, ਜਿਹੜਾ ਬ੍ਰਿਟਿਸ਼ ਆਰਮੀ 'ਚ ਮੇਜਰ ਹੁੰਦਾ ਹੈ। ਸੁਲਤਾਨ ਕਾਮੇਡੀ ਵਾਸਤੇ ਇਸ ਫਿਲਮ ਵਿੱਚ ਖਾਲਸ ਲਿਮੋਟੇ ਔਰ ਚੱਕਰਮ ਨੂੰ ਰੱਖਿਆ ਗਿਆ ਔਰ ਉਹਨਾਂ ਨੇ ਪੂਰੀ ਫਿਲਮ ਦੇ ਅੰਦਰ ਬੜੀ ਜ਼ਬਰਦਸਤ ਕਾਮੇਡੀ ਦਾ ਮੁਜ਼ਾਹਰਾ ਕੀਤਾ ਹੈ। ਕੰਡੇਰੀ ਇਹ ਤੋਂ ਚੂਸ ਸਕਣਗੇ ਅਬੇ। ਔਰ ਗੂੰਗਾ ਜਿਹੜਾ ਹੁੰਦਾ ਹੈ ਉਹ ਮੁਸਲਸਲ ਉਸ ਬੱਚੇ ਦੀ ਤਲਾਸ਼ 'ਚ ਜਾਂਦਾ, ਉਸ 'ਤੇ ਕਾਫੀ ਦਫ਼ਾ ਕਤਲਾਨਾ ਹਮਲੇ ਕਰਦਾ ਹੈ ਔਰ ਉਹ ਬੱਚਾ ਜਿਹੜਾ ਨਾ ਉਹ ਬਚ ਜਾਂਦਾ ਹੈ। ਸੁਲਤਾਨ ਜਿਹੜਾ ਹੁੰਦਾ ਹੈ ਸੁਲਤਾਨ ਡਾਕੂ ਦਾਰੇ ਦੀ ਤਲਾਸ਼ 'ਚ ਜਾਂਦਾ ਹੈ ਔਰ ਉਹ ਪਿੱਛਾ ਕਰਦਾ ਹੈ ਔਰ ਉਹ ਜਾਂਦਾ ਹੈ ਔਰ ਜਾ ਕੇ ਕਾਫੀ ਸਾਰੇ ਲੋਕਾਂ ਕੋਲੋਂ ਦਾਰੇ ਦੇ ਬਾਰੇ ਮਾਲੂਮਾਤ ਹਾਸਿਲ ਕਰਦਾ ਹੈ, ਦਾਰੇ ਦੇ ਟਿਕਾਣੇ ਦਾ ਪਤਾ ਹਾਸਿਲ ਕਰਦਾ ਹੈ ਜਿਹੜਾ ਕੋਈ ਉਸਨੂੰ ਨਹੀਂ ਦੱਸਦਾ। ਉਸਦੀ ਬਦਰ ਦੇ ਨਾਲ ਲੜਾਈ ਹੋ ਜਾਂਦੀ ਹੈ ਜਦੋਂ ਉਹ ਕਹਿੰਦਾ ਦਾਰੇ ਡਾਕੂ ਨੂੰ ਉਹ ਤਲਾਸ਼ ਕਰੇਗਾ, ਉਹ ਤਲਾਸ਼ ਕਰਕੇ ਉਹਦੀ ਧੀ ਜਾਂ ਉਹਦੀ ਭੈਣ ਦੀ ਇੱਜ਼ਤ ਉੱਡੇਗਾ। ਇਹ ਸੁਣ ਕੇ ਬਦਰ ਨੂੰ ਗੁੱਸਾ ਆ ਜਾਂਦਾ ਹੈ, ਉਹਨਾਂ ਦੀ ਆਪਸ 'ਚ ਲੜਾਈ ਹੋ ਜਾਂਦੀ ਹੈ। ਇਸ ਦੌਰਾਨ ਸੁਲਤਾਨ ਨੂੰ ਪਤਾ ਚੱਲ ਜਾਂਦਾ ਕਿ ਜਿਸ ਬੰਦੇ ਦੇ ਕੋਲ ਉਸਨੇ ਪਲਾਹ ਲਿੱਤੀ ਹੋਈ ਹੈ ਉਹੀ ਦਾਰਾ ਡਾਕੂ ਹੈ। ਹੈਰ ਉਸ ਕੋਲ ਹਿਸਾਬ ਪੁੱਛਦਾ। ਇੱਧਰ ਜਿਹੜਾ ਗੂੰਗਾ ਹੁੰਦਾ ਹੈ, ਗੂੰਗਾ ਜਿਹੜਾ ਹੁੰਦਾ ਉਹ ਪਿੱਛਾ ਕਰਦਾ ਉਸ ਬੱਚੇ ਦਾ। ਬੱਚਾ ਜਿਹੜਾ ਹੁੰਦਾ ਗੂੰਗੇ ਕੋਲ ਜਾਨ ਬਚਾ ਕੇ ਨੱਸਦਾ ਹੈ ਔਰ ਅੰਗਰੇਜ਼ਾਂ ਦੇ ਟਾਏ ਚੜ ਜਾਂਦਾ ਹੈ। ਇੱਧਰ ਨੂੰ ਇਹ ਹੁੰਦਾ ਸੁਲਤਾਨ ਜੇਲ੍ਹ ਚਲਾ ਜਾਂਦਾ ਹੈ, ਸੁਲਤਾਨ ਗ੍ਰਿਫਤਾਰ ਹੋ ਜਾਂਦਾ ਹੈ ਔਰ ਜਿਹੜਾ ਮੇਜਰ ਹੁੰਦਾ ਹੈ ਆਸਫ ਖਾਨ ਉਹਨੂੰ ਥੁਰਿਆ ਕਰਦਾ ਹੈ ਔਰ ਚਾਲ ਚੱਲਦਾ ਕਿ ਉਹਦਾ ਪਿੱਛਾ ਕਰਕੇ ਉਹ ਦਾਰਾ ਡਾਕੂ ਤੱਕ ਪਹੁੰਚਣਾ ਚਾਹੁੰਦਾ ਹੈ। ਔਰ ਉਹ ਸੁਲਤਾਨ ਜਦੋਂ ਉਹਦੇ ਠਿਕਾਣੇ 'ਤੇ ਜਾਂਦਾ ਹੈ ਅਤੇ ਉਹਨਾਂ ਦੀ ਆਪਸੀ ਬਹਿਸ ਹੁੰਦੀ ਹੈ, ਉਹ ਕਹਿੰਦਾ ਕਿ ਤੂੰ ਮੇਰੀ ਬੀਵੀ ਦਾ ਕਾਤਲ ਹੈ, ਜਦਕਿ ਉਹ ਕਹਿੰਦਾ ਹੈ ਕਿ ਨਹੀਂ ਨਾ ਮੈਂ ਤੇਰੀ ਬੀਵੀ ਦਾ ਕਾਤਲ ਹਾਂ ਬਲਕਿ ਤੇਰਾ ਜਿਹੜਾ ਬੱਚਾ ਉਹ ਮੇਰੇ ਕੋਲ ਹੈ। ਇਸ ਤਰ੍ਹਾਂ ਉਹਨਾਂ ਦੀ ਬਹਿਸ ਹੋ ਰਹੀ ਹੁੰਦੀ ਔਰ ਬ੍ਰਿਟਿਸ਼ ਆਰਮੀ ਵਾਲੇ ਆ ਜਾਂਦੇ ਨੇ, ਉਹਨਾਂ ਦੇ ਕੋਲ ਸੁਲਤਾਨ ਦਾ ਬੱਚਾ ਹੁੰਦਾ, ਉਹਨੂੰ ਵੇਖ ਕੇ ਦਾਰਾ ਕਹਿੰਦਾ ਕਿ ਦੇਖ ਤੇਰਾ ਬੱਚਾ ਜ਼ਿੰਦਾ ਹੈ। ਆਰਮੀ ਫੌਜ ਹੁੰਦੀ ਉਹਨਾਂ 'ਤੇ ਹਮਲਾ ਕਰ ਦਿੰਦੀ ਔਰ ਇਸ ਹਮਲੇ ਦੇ ਦੌਰਾਨ ਜਦੋਂ ਸੁਲਤਾਨ ਬੱਚੇ ਕੋਲ ਪੁੱਛਦਾ ਤਾਂ ਬੱਚਾ ਉਹਨੂੰ ਦੱਸਦਾ ਕਿ ਜਿਹੜਾ ਗੂੰਗਾ ਹੈ ਉਸਨੇ ਉਸਦੀ ਮਾਂ ਦੀ ਇੱਜ਼ਤ ਲੁੱਟੀ ਹੈ। ਉਸ ਵਕਤ ਜਿਹੜਾ ਸੁਲਤਾਨ ਹੁੰਦਾ ਉਹਨੂੰ ਹਕੀਕਤ ਪਤਾ ਚੱਲਦੀ ਹੈ ਔਰ ਉਹ ਗੂੰਗੇ ਨੂੰ ਮਾਰ ਦਿੰਦਾ ਔਰ ਖੁਦ ਵੀ ਬ੍ਰਿਟਿਸ਼ ਦੀ ਗੋਲੀਆਂ ਨਾਲ ਹਲਾਕ ਹੋ ਜਾਂਦਾ। ਔਰ ਆਸਫ ਖਾਨ ਨੇ ਇਸ ਫਿਲਮ ਦੇ ਬੜਾ ਅੱਛਾ ਕੰਮ ਕੀਤਾ, ਮੁਹੰਮਦ ਅਲੀ ਨੇ ਬੜਾ ਅੱਛਾ ਕੰਮ ਕੀਤਾ ਔਰ ਦੀਬਾ ਦਾ ਘੱਟ ਕੰਮ ਹੈ ਲੇਕਿਨ ਬਹੁਤ ਅੱਛਾ ਹੈ। ਇਹ ਫਿਲਮ ਯੂਟਿਊਬ 'ਤੇ ਮੌਜੂਦ ਹੈ, ਤੁਸੀਂ ਜਾ ਕੇ ਵੇਖ ਸਕਦੇ ਹੋ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।